ਅਸੀਂ ਉੱਠ ਗਏ ਆ ਤੇ ਆ ਵੇਖੋ ਜਸਵੀਰ ਸਿੰਘ ਸਤਿ ਸ਼੍ਰੀ ਅਕਾਲ ਬਲਾ ਮੁੰਡਿਆ ਇਹ ਦੇਖੋ ਉੱਠਦੇ ਸਾਰ ਹੀ ਮੋਬਾਈਲ ਲੈ ਕੇ ਬਹਿ ਗਿਆ ਤੁਸੀਂ ਸਾਡੇ ਫੋਨ ਨਾਲ ਦਿਖਾਇਆ ਨਹੀਂ ਦਿਖਾਉਂਦੇ ਅਸੀਂ ਫੋਨ ਤੁਹਾਡੇ ਲੋਕ ਡਰ ਵੀ ਸਕਦੇ ਆ ਜਸਵੀਰ ਦਾ ਬਾਕੀ ਫੋਨ ਬਹੁਤ ਸੋਹਣਾ ਵਾ ਹਨਾ ਜਸਵੀਰ ਗਿਫਟ ਹੀ ਕਰ ਦੋ ਫਿਰ ਕੋਈ ਨਾ ਤੈਨੂੰ ਫੋਨ ਗਿਫਟ ਕਰਾਂਗੇ ਤੇ ਉਹ ਬੈਠਿਆ ਉਧਰ ਜੰਗੀ ਤੇ मूलियां जवानी आ रही मिट्टी कट्टे वाले हो जाते तैयारी दलवीर सिंह जी खड़े आ जरनेटर दे जसवीर ओए कंजरा चंगा भैन 16 नु आ जाओ इत्थे सवेरे क्यों हर जो भी ना छेड़ो आगे नहीं पारी हुंदी है आगे नहीं पारी हुंदी है पारी कर दे पहले पारी कर आगे नहीं पारी तो मन में तू भी तू ले ठोक लाई जा तेनु आगे नहीं पारी चलो जी बंद कर दे दुल्हे बारी दुल्हे कर दे बंद जुबी चन चीची लेके दवांगे चीची बहुत ज्यादा लेके दी जुबी हाथ पासे कर ला हाथ पासे कर ला ओए आप ही पीछे हो जा आपे कर दूं मामा हुन कहदे जंप करके दी चल दुल्हे कर दे बंद कर दे चलो जी दुर्जू भी हाथ पासे कर ला ये तो शीशा ता च चीची लेके दवांगे पुत तेनु बाकी मेन मैं वाल सेट कराने ट्रिमिंग करवानी थलो वाला बहुत ज्यादा
ਅੱਗੇ ਨਾ ਮੇਰੇ ਆਹ ਵਾਲੇ ਥਾਂ ਤੇ ਬਹੁਤ ਪੁੱਛਾਈਆਂ ਸੀਗੀਆਂ ਹਨਾ, ਹੁਣ ਸਹੀ ਹੋ ਗਿਆ ਦੇਖੋ, ਇੱਕ ਸਾਲ ਹੋ ਗਿਆ ਠੀਕ ਆ ਜੀ। ਲਓ ਜੀ ਮੈਂ ਹੇਅਰ ਕੱਟ ਕਰਵਾਇਆ ਤੇ ਮਤਲਬ ਕਿ ਵਾਲ ਥੋੜੇ ਮਤਲਬ ਜ਼ਿਆਦਾ ਛੋਟੇ ਨਹੀਂ ਕਰਾਏ, ਠੀਕ ਨੇ, ਤੁਹਾਨੂੰ ਦਿਖਾਉਂਦੀ ਹਾਂ ਜੇ ਦੇਖ ਜਾਣ ਤਾਂ ਇੱਦਾਂ ਦੇ। ਤੇ ਬਾਕੀ ਨਾ ਵਾਲ ਧੋਣ ਵਾਲੇ ਆ, ਫਿਰ ਧੋਤੇ ਦੇ ਸਹੀ ਹੋ ਜਾਣਗੇ। ਸੋ ਮੈਂ ਪਹਿਲਾਂ ਤੇਲ ਤੂਲ ਲਾ ਕੇ ਚੰਗੀ ਤਰ੍ਹਾਂ ਹਨਾ ਵਾਲਾਂ ਨੂੰ ਫਿਰ ਧੋਊਂਗੀ, ਹੈਡ ਵਾਸ਼ ਕਰੂੰਗੀ, ਫਿਰ ਵਧੀਆ ਹੋ ਜਾਣਗੇ। ਸੋ ਵੇਖੋ, ਪਰ ਮੈਨੂੰ ਬਹੁਤ ਵਧੀਆ ਲੱਗੇ, ਮਤਲਬ ਥੋੜ੍ਹੇ ਹੈਵੀ ਲੱਗਣ ਲੱਗ ਗਏ ਹੁਣ। ਅਤੇ ਆਪਾਂ ਯੂਵੀ ਵੇਖਦੇ ਹਾਂ ਯੂਵੀ ਕੀ ਕਰਦਾ। ਇੱਦਾਂ ਮੈਂ ਰਬੜ ਪਾਈ ਸੀ ਵਾਲਾਂ ਦੇ ਉੱਤੇ, ਇੱਥੇ ਤਾਂ ਹੀ ਚਿਪਕ ਜੇ ਗਏ। ਅਤੇ ਯੂਵੀ ਦਿਖਾਉਂਦੇ ਹਾਂ ਤੁਹਾਨੂੰ, ਯੂਵੀ ਕੀ ਕਰਦਾ। ਓ ਚੀ, ਜਿਹੜੀ ਉਹ ਚੀਜ਼ਾਂ ਲੈ ਕੇ ਆਇਆ, ਹੁਣ ਖਾਈ ਜਾਂਦਾ ਬੈਠਾ, ਸ਼ਾਮ ਨੂੰ ਚੜ ਜੂਗਾ ਜੋਗਰ ਦੇ ਐਕਸਰਸਾਈਜ਼ ਕਰਨ। ਪਰ ਮੈਂ ਭਾਰ ਨਹੀਂ ਲੱਗਣਾ। ਭਾਰ ਨਾ ਦੇਖੀ, ਕੋਈ ਗੱਲ ਨਹੀਂ। ਸੋ ਜੀ ਹੁਣ ਅਸੀਂ ਪੀਨੇ ਆ ਚਾਹ, ਤੇ ਜਗਮੀਤ ਨੂੰ ਵੀ ਦਿੰਨੇ ਆ। ਵੇਖੋ ਚਾਹ ਬਣੀ ਜਾਂਦੀ ਆ ਸਾਡੀ, ਰਿੰਨੀ ਆ ਚਾਹ, ਤੇ ਜਗਮੀਤ ਨੂੰ ਵੀ ਦਿੰਨੇ ਆ ਚਾਹ, ਉਧਰ ਆਫਿਸ ਚ ਬੈਠੇ ਆ, ਬਣੀ ਗਈ ਆ ਲਗਭਗ। ਯੂਵੀ ਦਾ ਗਿਫਟ, ਯੂਵੀ ਦਾ ਗਿਫਟ। ਚਲੋ ਜੀ, ਅਨਬੋਕਸਿੰਗ ਹੋ ਰਹੀ ਹੈ ਯੂਵੀ ਦੇ ਗਿਫਟ ਦੀ। ਚਾਰਜਰ ਵਾਲੀ ਆ। ਵਾਓ, ਲਓ ਜੀ ਦੇਖੋ ਕਿਵੇਂ ਦਾ ਲੋਗੋ, ਬੈਟਰੀ ਬਾਹਰ ਕੱਢੀ ਹੋਈ ਆ। ਬੈਟਰੀ ਪਾ ਕੇ ਦਿਖਾਓ। ਸਮਾਰਟ ਬੁਆਇਜ਼ ਲਈ ਸਮਾਰਟ ਵਾਚ। ਕਿਹੜਾ ਬਟਨ? ਲਓ ਜੀ ਯੂਵੀ ਸਮਾਰਟ ਵਾਚ ਹੋ ਗਈ ਔਨ। ਸਭ ਤੋਂ ਪਹਿਲਾਂ ਆਪਾਂ ਟਾਈਮ ਸੈੱਟ ਯੂਵੀ ਲਈ ਕਰ ਰਹੇ ਆ। ਟਾਈਮ ਸੈੱਟ ਲਓ ਜੀ, ਯੂਵੀ ਲਈ ਟਾਈਮ ਸੈੱਟ ਕਰ ਰਹੇ ਆ। ਯੂਵੀ ਟਾਈਮ ਹੁਣ ਆਪਾਂ, ਮੈਂ ਕਰ ਰਹੀ ਸੀ ਵੀਡੀਓ ਐਡੀਟਿੰਗ, ਇਸ ਲਈ ਮੇਰੇ ਹੇਅਰ ਕੱਟ ਲੱਗੀਆਂ ਹੋਈਆਂ ਨੇ। ਟਾਈਮ ਦੇਖ ਕੇ ਯੂਵੀ ਪੂਰਾ ਪੂਰਾ ਟਾਈਮ ਸਹੀ ਦੱਸੀ। ਆਪ ਮੋਬਾਈਲ ਤੋਂ ਵੇਖ ਕੇ ਆਉਂਗਾ। ਨਹੀਂ ਬਹੁਤ ਲੋ, 250 ਦਾ ਟਾਈਮ ਆ, 2:50 ਹੋ ਗਏ ਦੁਪਹਿਰ ਦੇ। 2:50 ਲੋ, 55 ਕਰ ਦਿੰਦੇ ਆ, ਯੂਵੀ ਥੋੜਾ ਜਿਹਾ ਅੱਗੇ ਰੱਖਦੇ ਆ। ਹਾਂ, ਹੁਣ ਆਪਾਂ ਸੋ ਇਹਦੇ ਵਿੱਚ ਕਿਹੜੇ ਕਿਹੜੇ ਫੀਚਰ ਆ ਦੱਸੋ, ਆਪਾਂ ਨੂੰ ਯੂਵੀ ਦਾ ਪਤਾ ਲੱਗ ਜਾਏਗਾ ਨਾ ਯੂਵੀ ਕਿੱਥੇ ਆ। ਨਹੀਂ ਮੈਨੂ ਖੋਲ ਲੈਣੇ ਆ, ਦੇਖੋ ਮੈਨੂ ਖੋਲ ਕੇ ਦਿਖਾ ਰਹੇ ਆ। ਫੋਟੋ ਵੀ ਖਿੱਚ ਸਕਦੇ ਆ। ਸੋ ਯੂਵੀ ਨੂੰ ਕਰਨ ਦੋ ਕੜੀ ਦੇ ਨਾਲ ਇੰਜੋਏ, ਤੇ ਮੈਂ ਥੋੜਾ ਜਿਹਾ ਕੰਮ ਕਰ ਲਾਂ ਹੁਣ, ਵੀਡੀਓ ਐਡੀਟਿੰਗ ਕਰਦੀ ਸੀਗੀ। ਯੂਵੀ ਦੀ ਫੋਟੋ ਵੀ ਖਿੱਚ ਸਕਦੇ ਆ ਇਹ ਨਾਲ, ਦਿਖਾਈ ਆ ਦੇ। ਓ ਜਲਦੀ ਪਹੁੰਚ ਜਾ। ਹਾਂ ਯਾਰ, ਇਹ ਕੈਮਰਾ ਹੀ ਆਦਾ ਆਪਣਾ। ਲਓ ਜੀ, ਹੁਣ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ। ਇਹ ਦਰਅਸਲ ਅਸੀਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਅਸੀਂ ਇੰਗੇਜਮੈਂਟ ਤੋਂ ਬਾਅਦ ਲੈ ਕੇ ਆਵਾਂਗੇ, ਪਰ ਸਾਨੂੰ ਇੰਨੇ ਫੋਨ ਆਏ, ਇੰਨੇ ਮੈਸੇਜ ਆਏ ਕਿ ਸਾਨੂੰ ਸੂਟ ਭੇਜੋ। ਸੋ ਅਸੀਂ ਸਪੈਸ਼ਲੀ ਥੋੜ੍ਹੇ ਜਿਹੇ ਸੂਟ ਮੰਗਵਾਏ ਨੇ, ਕਿਉਂਕਿ ਸਾਡੇ ਕੁਛ ਇੱਦਾਂ ਦੇ ਭੈਣ ਭਰਾ ਨੇ ਜਿਨ੍ਹਾਂ ਤੋਂ ਵੇਟ ਨਹੀਂ ਹੁੰਦੀ ਸੀਗੀ, ਉਹ ਸੂਟ ਮੰਗਦੇ ਸੀਗੇ ਵੀ ਉਹਨਾਂ ਨੂੰ ਛੇਤੀ ਸੂਟ ਚਾਹੀਦੇ ਸੀਗੇ। ਸੋ ਅਸੀਂ ਸਪੈਸ਼ਲੀ ਸੂਟ ਉਹਨਾਂ ਵਾਸਤੇ ਮੰਗਾਏ ਨੇ। ਸੋ ਆਪਾਂ, ਮੈਂ ਕਿਹਾ ਚਲੋ ਹੁਣ ਪਹਿਲਾਂ ਤੁਹਾਨੂੰ ਵੀ ਸੂਟ ਦਿਖਾ ਦਈਏ, ਕਿਉਂਕਿ ਅੱਗੇ ਅਸੀਂ ਲਾਸਟ ਵਾਲਾ ਸੈਸ਼ਨ ਸੂਟਾਂ ਦਾ ਦਿਖਾਉਂਦੇ ਸੀਗੇ। ਸੋ ਹੁਣ ਕਈ ਦਿਨ ਹੋ ਗਏ ਸੀਗੇ ਅਸੀਂ ਬਿਜ਼ੀ ਸੀ, ਸੂਟ ਲਿਆਉਂਦੇ ਨਹੀਂ ਸੀ, ਇਸ ਲਈ ਅਸੀਂ ਹੁਣ ਤੁਹਾਨੂੰ ਫਿਰ ਅੱਜ ਸੂਟ ਦਿਖਾਉਂਦੇ ਹਾਂ, ਬਹੁਤ ਸੋਹਣੇ ਸੂਟ ਆ ਇਹ। ਲਓ ਜੀ ਆਹ ਵੇਖੋ, ਆਹ ਹੈਗਾ ਪਹਿਲਾ ਸੂਟ, ਇਹ ਮਸਲੀਨ ਦਾ ਸੂਟ ਆ। ਆਹ ਵੇਖੋ, ਇਹ ਹੈਗਾ ਮਸਲੀਨ ਦਾ ਸੂਟ, ਇਹ ਆਲ ਓਵਰ ਸੂਟ ਆ, ਸੀ ਗ੍ਰੀਨ ਕਲਰ ਦਾ ਸੂਟ ਆ, ਬਹੁਤ ਸੋਹਣਾ ਸੂਟ ਆ। ਇਹਦੇ ਨਾਲ ਚੁੰਨੀ ਹੈਗੀ ਆ, ਵੇਖੋ ਮਸਲੀਨ ਦੀ ਕੋਈ ਚੁੰਨੀ ਬਣੀ ਹੋਈ ਆ, ਬਹੁਤ ਸੋਹਣੀ ਚੁੰਨੀ ਬਣੀ ਹੋਈ ਆ। ਇੱਦਾਂ ਦਾ ਸੂਟ ਅਸੀਂ ਅੱਗੇ ਵੀ ਲੈ ਕੇ ਆਉਂਦਾ ਸੀ, ਸੋ ਬਹੁਤ ਮਤਲਬ ਪਸੰਦ ਆਇਆ ਉਹਨਾਂ ਨੂੰ, ਅਤੇ ਦੁਬਾਰਾ ਫਿਰ ਮੰਗਵਾਇਆ ਹੁਣ ਇਹ। ਮਸਲੀਨ ਦੀ ਚੁੰਨੀ ਆ, ਪੂਰੀ ਵੱਡੀ ਚੁੰਨੀ ਆ ਇਹ। ਵੇਖੋ ਜਿਹੜਾ ਸੂਟ ਆ ਉਹ ਆਲ ਓਵਰ ਆ, ਚੁੰਨੀ ਦੇ ਉੱਤੇ ਪ੍ਰਿੰਟ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ। ਸੂਟ ਦੇ ਉੱਤੇ ਜਿਹੜਾ ਪ੍ਰਿੰਟ ਆ ਉਹ ਸਾਰਾ ਇੱਦਾਂ ਦਾ ਹੀ ਆ, ਅਤੇ ਚੁੰਨੀ 'ਤੇ ਬੜਾ ਡਿਫਰੈਂਟ ਆ ਪ੍ਰਿੰਟ ਬਣਿਆ ਹੋਇਆ। ਵੇਖੋ ਇਹ ਸੂਟ ਸਾਰੇ ਮੰਗ ਰਹੇ, ਤਾਂ ਹੀ ਦੁਬਾਰਾ ਲੈ ਕੇ ਆਉਂਦੇ, ਜੇ ਕਿਸੇ ਨੂੰ ਚਾਹੀਦਾ ਹੋਵੇ
ਤੁਹਾਨੂੰ ਦੱਸ ਸਕਦਾ WhatsApp ਨੰਬਰ ਆ ਰਿਹਾ ਸੀ। 2-3 ਸੂਟ ਲੈ ਆਂਦੇ ਆ ਵੀ ਹਰੇਕ ਦੇ ਨਾਲ ਦੇ 2-3 ਪੀਸ ਹੈਗੇ ਆ ਕਿਉਂਕਿ ਸਾਨੂੰ ਕਾਫੀ ਜ਼ਿਆਦਾ ਫੋਨ ਆ ਰਹੇ ਸੀਗੇ ਵੀ ਸਾਨੂੰ ਵੀ ਫਿਰ ਐਂ ਸੀ ਚਲੋ ਵੀ ਇੰਨਾ ਗੈਪ ਨਹੀਂ ਪਾਉਂਦੇ ਵੀ ਆਪਾਂ ਲੈ ਆਉਂਦੇ ਆ ਸੂਟ ਕੋਈ ਗੱਲ ਨਹੀਂ ਸੋ ਅਸੀਂ ਲੈ ਆਉਂਦੇ ਆ ਸੂਟ ਫਿਰ ਸੋ ਆ ਬਹੁਤ ਸੋਹਣਾ ਸੂਟ ਆ ਉੱਤੇ ਫਲਾਵਰ ਬਹੁਤ ਸੋਹਣੇ ਬਣੇ ਹੋਏ ਆ ਵੇਖੋ ਹਰੇਕ ਕਲਰ ਦੇ ਇਹਦੇ ਨਾਲ ਦੇ ਪਹਿਲਾਂ ਮੋਰਾਂ ਵਾਲੇ ਆਏ ਸੀ ਉਹ ਜੀ 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 ਹਨ ਚੁੰਨੀਆਂ ਇਹ ਮਸਲੀਨ ਦਾ ਸੂਟ ਆ ਸੀ ਗ੍ਰੀਨ ਕਲਰ ਦਾ ਸੋ ਇਹ ਬਹੁਤ ਸੋਹਣਾ ਸੂਟ ਆ ਇਹ ਵਾਲਾ ਇਹ ਬਾਕੀ ਸੂਟ ਆ ਇਹਦਾ ਆਪਾਂ ਸਲਵਾਰ ਸੂਟ ਵੀ ਬਣਾ ਸਕਦੇ ਹਾਂ ਸ਼ਰਾਰਾ ਸੂਟ ਵੀ ਬਣਾ ਸਕਦੇ ਹਾਂ ਬਾਕੀ ਜਿਵੇਂ ਏ ਸ਼ੇਪ ਕਮੀਜ਼ ਦੇ ਨਾਲ ਸਲਵਾਰ ਤੇ ਜਿਵੇਂ ਹੁਣ ਜਿਹੜੇ ਪਾਕਿਸਤਾਨੀ ਸੂਟ ਜੇ ਚੱਲੇ ਨੇ ਲੌਂਗ ਕਮੀਜ਼ ਦੇ ਨਾਲ ਨੈਰੋ ਨੈਰੋ ਸਲਵਾਰਾਂ ਉਹ ਬਹੁਤ ਸੋਹਣਾ ਬਣੂਗਾ ਇਹਦੇ ਨਾਲ ਕਿਉਂਕਿ ਚੁੰਨੀ ਬਹੁਤ ਸੋਹਣੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਦੂਜਾ ਸੂਟ ਇਹ ਵੀ ਸੇਮ ਇਦਾਂ ਦਾ ਹੀ ਆ ਬਸ ਕਲਰ ਦਾ ਥੋੜਾ ਜਿਹਾ ਫਰਕ ਆ ਲਓ ਜੀ ਆ ਵੇਖੋ ਆ ਫੇਰ ਆ ਗਿਆ ਮਸਲੀਨ ਦਾ ਹੀ ਸੂਟ ਆ ਇਹ ਆਲ ਓਵਰ ਸੂਟ ਆ ਟਾਈਗਰ ਪ੍ਰਿੰਟ ਇਹ ਥੋੜਾ ਜਿਹਾ ਜਿਵੇਂ ਬਦਾਮੀ ਸ਼ੇਡ ਆ ਲਾਈਟ ਜਿਹਾ ਕਲਰ ਆ ਇਹ ਸਕਿਨ ਜਿਹਾ ਕਲਰ ਤੇ ਉੱਤੇ ਬਲੈਕ ਕਲਰ ਦੇ ਆ ਬਣੇ ਹੋਏ ਨੇ ਪੈਚ ਲੱਗੇ ਹੋਏ ਨੇ ਪ੍ਰਿੰਟ ਹੀ ਬਣਿਆ ਹੋਇਆ ਇਹ ਤੇ ਇਹਦੇ ਨਾਲ ਚੁੰਨੀ ਹੈਗੀ ਆ ਮਸਲੀਨ ਦੀ ਚੁੰਨੀ ਬਹੁਤ ਸੋਹਣੀ ਬਣੀ ਹੋਈ ਆ ਵੇਖੋ ਉਵੇਂ ਪੂਰੀ ਵੱਡੀ ਚੁੰਨੀ ਆ ਵੇਖੋ ਬਹੁਤ ਸੋਹਣੀ ਆ ਇਹ ਵੀ ਆਪਾਂ ਸੂਟ ਜਿਵੇਂ ਮੈਂ ਤੁਹਾਨੂੰ ਉਹ ਦੱਸਿਆ ਸੀਗਾ ਉਹ ਜਿੱਦਾਂ ਮਰਜ਼ੀ ਸਵਾ ਸਕਦੇ ਹਾਂ ਕਿਉਂਕਿ ਆਲ ਓਵਰ ਸੂਟ ਆ ਬਹੁਤ ਸੋਹਣਾ ਲੱਗੂਗਾ ਬਣਿਆ ਹੋਇਆ ਬਾਕੀ ਇਹ ਸੂਟ ਹੁਣ ਮੌਸਮ ਦੇ ਵਿੱਚ ਪੈ ਜਾਣਗੇ ਇਹਨਾਂ ਥੱਲੇ ਲਾਈਨਿੰਗ ਲੱਗੂਗੀ ਮਸਲੀਨ ਦੇ ਸੂਟਾਂ ਥੱਲੇ ਤੇ ਆ ਆ ਗਿਆ ਕਰੇਪ ਦਾ ਸੂਟ ਇਹ ਅਸੀਂ ਦੁਬਾਰਾ ਫੇਰ ਮੰਗਾਇਆ ਹੁਣ ਇਹਦੇ ਨਾਲ ਦੇ ਸਟਿਚ ਕਰਕੇ ਭੇਜਿਆ ਨਾ ਆ ਸੂਟ ਦਾ ਹੈਗਾ ਫਰੰਟ ਆ ਇਹ ਪਿਓਰ ਕਰੇਪ ਦਾ ਸੂਟ ਆ ਪ੍ਰਿੰਟਡ ਸੂਟ ਆ ਤੇ ਇਹਦੀ ਬੈਕ ਵੀ ਇਦਾਂ ਹੀ ਬਣੀ ਹੋਈ ਆ ਤੇ ਇਹਦੀ ਜਿਹੜੀ ਸਲਵਾਰ ਆ ਉਹ ਪਲੇਨ ਆ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਇਹਦੀ ਜਿਹੜੀ ਚੁੰਨੀ ਆ ਉਹ ਹੈਗੀ ਆ ਚਨੂਨ ਦੀ ਆ ਕੱਟ ਵਰਕ ਕੀਤਾ ਹੈ ਚੁੰਨੀ ਦੇ ਸਾਈਡਾਂ ਤੇ ਕਢਾਈ ਵੀ ਕੀਤੀ ਹੋਈ ਆ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਨੈਕਸਟ ਆ ਗਿਆ ਇਹ ਹੈਗਾ ਪੀਚ ਕਲਰ ਦਾ ਸੂਟ ਇਹ ਵੀ ਕਰੇਪ ਦਾ ਸੂਟ ਆ ਇਹ ਹੈਗਾ ਮੋਰਾਂ ਵਾਲਾ ਸੂਟ ਆ ਗਲਾ ਬਣਿਆ ਹੋਇਆ ਉਹ ਘੇਰਾ ਬਣਿਆ ਤੇ ਬਾਹਾਂ ਇੱਧਰ ਸਾਈਡ 'ਤੇ ਬਣੀਆਂ ਹੋਈਆਂ ਨੇ ਅਤੇ ਇਹਦਾ ਪਿਛਲਾ ਪਾਸਾ ਵੀ ਬਣਿਆ ਹੋਇਆ ਆ ਵੇਖੋ ਅਤੇ ਇਹਦੀ ਸਲਵਾਰ ਵੀ ਹੈਗੀ ਆ ਕਰੇਪ ਦੀ ਆ ਵੇਖੋ ਬਹੁਤ ਸੋਹਣਾ ਸੂਟ ਆ ਅਤੇ ਇਹਦੀ ਵੀ ਚੁੰਨੀ ਆ ਜਿਹੜੀ ਉਹ ਚਨੂਨ ਦੀ ਆ ਵੇਖੋ ਥਰੈਡ ਵਰਕ ਕੀਤਾ ਹੋਇਆ ਅਤੇ ਆਹ ਕਢਾਈ ਕੀਤੀ ਹੋਈ ਆ ਆਹ ਪ੍ਰਿੰਟ ਬਣਿਆ ਹੋਇਆ ਸੋ ਇਹ ਬਹੁਤ ਸੋਹਣਾ ਸੂਟ ਆ ਇਹ ਪੀਚ ਕਲਰ ਦਾ ਸੂਟ ਆ ਲਓ ਜੀ ਹੁਣ ਫੇਰ ਦੇਖੋ ਆ ਗਿਆ ਆਹ ਹੈਗਾ ਗਰਮ ਸੂਟ ਬਹੁਤ ਸੋਹਣਾ ਸੂਟ ਆ ਅਤੇ ਇਹਦੇ ਨਾਲ ਹਾਫ ਪਿਓਰ ਦੀ ਚੁੰਨੀ ਆ ਅਤੇ ਚੁੰਨੀ ਦੇ ਉੱਤੇ ਮਕੈਸ਼ ਲੱਗੀ ਹੋਈ ਆ ਵੇਖੋ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਬਾਕੀ ਇੱਕ ਗੱਲ ਤੁਹਾਨੂੰ ਦੱਸਣੀ ਅਸੀਂ ਭੁੱਲ ਹੀ ਗਏ ਜਿਹੜੇ ਇਹ ਸੂਟ ਆ ਜਿਵੇਂ ਅਸੀਂ ਅੱਗੇ ਦਿਵਾਲੀ ਔਫਰ ਚਲਾਇਆ ਸੀ ਵੀ ਇੱਕ ਨਾਲ ਇੱਕ ਸੂਟ ਫਰੀ ਆ ਸੋ ਅੱਜ ਉਹਦੀ ਲਾਸਟ ਡੇਟ ਆ ਬਈ ਅੱਜ ਦੇ ਦਿਨ ਲਈ ਇਹਨਾਂ ਸੂਟਾਂ ਦੇ ਨਾਲ ਤੁਸੀਂ ਕੋਈ ਵੀ ਇੱਕ ਸੂਟ ਆਪਣੀ ਪਸੰਦ ਦਾ ਫਰੀ ਲੈ ਸਕਦੇ ਹੋ ਅਤੇ ਬਸ ਅੱਜ ਲਾਸਟ ਡੇਟ ਆ ਇਦੋਂ ਬਾਅਦ ਇਹ ਬੰਦ ਹੋ ਜੂਗਾ ਸੋ ਲਾਸਟ ਡੇ ਸੀ ਤਾਂ ਹੀ ਕਰਕੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰੋ ਤੇ ਆਪਾਂ ਤੁਹਾਨੂੰ ਸੂਟ ਦੇ ਦਾਂਗੇ ਬਸ ਇਹ ਲਾਸਟ ਡੇਟ ਆ ਇਦੋਂ ਬਾਅਦ ਨਹੀਂ ਹੈਗਾ ਇਹ ਵਾਲਾ ਆਫਰ ਫਿਰ ਸਾਰੇ ਇਕੱਲੇ ਇਕੱਲੇ ਹੀ ਆ ਨਾ ਹਾਂ ਫਿਰ ਸਾਰੇ ਇਕੱਲੇ ਇਕੱਲੇ ਹੋਣਗੇ ਇਹ ਜਿਹੜਾ ਦੀਵਾਲੀ ਆਫਰ ਚਲਾਇਆ ਸੀ ਉਹਦੀ ਅੱਜ ਲਾਸਟ ਡੇਟ ਆ ਸੋ ਜੀ ਇਹ ਹੋ ਗਿਆ ਗਰਮ ਸੂਟ ਤੇ ਆਹ ਵੇਖੋ ਆਹ ਹੈਗਾ ਸ਼ਰਾਰੇ ਵਾਲਾ ਸੂਟ ਇੱਦਾਂ ਦਾ ਅਸੀਂ ਪਹਿਲਾਂ ਵੀ ਮੰਗਾਇਆ ਸੀ ਤੇ ਇਹ ਹੁਣ ਫਿਰ ਮੰਗਵਾਇਆ ਕਿਉਂਕਿ ਇਹਦੀ ਬਹੁਤ ਡਿਮਾਂਡ ਆ ਰਹੀ ਆ ਆਹ ਵਾਲੇ ਸੂਟ ਦੀ ਇਹ ਜੋਰਜੱਟ ਦਾ ਸੂਟ ਆ ਆਹ ਵੇਖੋ ਇਹ ਬਸ ਇੱਕ ਸੂਟ ਹੀ ਆ ਤੇ ਇਹਦੇ 'ਚ ਹੋਰ ਸੂਟ ਨਹੀਂ ਹੈਗਾ ਬਸ ਆਹ ਹੀ ਲਾਸਟ ਆ ਇਹੀ ਵਾਲਾ ਕਲਰ ਆ ਤੇ ਇਹਦੇ ਨਾਲ ਲਾਈਨਿੰਗ ਵੀ ਨਾਲ ਹੀ ਮਿਲੂਗੀ ਸੂਟ ਦੀ ਆ ਲਾਈਨਿੰਗ ਆ ਕਮੀਜ਼ ਦੀ ਤੇ ਜਿਹੜਾ ਸ਼ਰਾਰਾ ਉਹ ਬਣਿਆ ਹੀ ਹੋਇਆ ਵੇਖੋ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਇਹਦੇ ਨਾਲ ਚੁੰਨੀ ਬਹੁਤ ਸੋਹਣੀ ਬਣੀ ਹੋਈ ਆ ਵੇਖੋ
ਚੁੰਨੀ ਥੋੜੀ ਜਿਹੀ ਆਰਗੈਂਜ਼ਾ ਟਾਈਪ ਆ ਬਹੁਤ ਸੋਹਣੀ ਚੁੰਨੀ ਆ ਜੀ ਤੇ ਹੁਣ ਵਾਰੀ ਆ ਗਈ ਕਰੇਬ ਦੇ ਸੂਟ ਦੀ ਆ ਵੇਖੋ ਆ ਹੈਗਾ ਕਰੇਬ ਦਾ ਸੂਟ ਆ ਸੂਟ ਦਾ ਫਰੰਟ ਆ ਤੇ ਆ ਹੈਗੀ ਆ ਬੈਕ ਤੇ ਬਾਹਾਂ ਇੱਧਰ ਆ ਤੇ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਵੀ ਕਰੇਬ ਦੀ ਆ ਲੈਮਨ ਜਿਹਾ ਕਲਰ ਆ ਤੇ ਚੁੰਨੀ ਹੈਗੀ ਆ ਮਸਲੀਨ ਦੀ ਇਹਨਾਂ ਦੇ ਨਾਲ ਦੇਖੋ ਬਹੁਤ ਸੋਹਣੀ ਬਣੀ ਹੋਈ ਆ ਚੁੰਨੀ ਚੁੰਨੀ ਨੂੰ ਪਾਈਪਿੰਗ ਵੀ ਲੱਗੀ ਹੋਈ ਆ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਤੇ ਹੁਣ ਵਾਰੀ ਆ ਗਈ ਆ ਵੇਖੋ ਆ ਹੈਗਾ ਮਸਲੀਨ ਦਾ ਸੂਟ ਇਹ ਲਾਸਟ ਸੂਟ ਆ ਤੇ ਇਹਦੇ ਨਾਲ ਚੁੰਨੀ ਨਹੀਂ ਹੈਗੀ ਇਹ ਇਕੱਲਾ ਸੂਟ ਹੀ ਆ ਆਹ ਕਮੀਜ਼ ਆ ਤੇ ਆਹ ਨਾਲ ਇਹਦੇ ਲਾਈਨਾਂ ਵਾਲੀ ਸਲਵਾਰ ਆ ਇਹਦਾ ਆਪਾਂ ਕੁਛ ਵੀ ਬਣਾ ਸਕਦੇ ਹਾਂ ਇਹ ਕੁੜਤਾ ਵੀ ਬਣਾ ਸਕਦੇ ਹਾਂ ਨਾਲ ਪਲਾਜ਼ੋ ਤੇ ਸਲਵਾਰ ਸੂਟ ਵੀ ਬਣਾ ਸਕਦੇ ਹਾਂ ਜਿਵੇਂ ਕੁੜਤਾ ਸਟਾਈਲ ਬਿਨਾਂ ਚੁੰਨੀਆਂ ਤੋਂ ਹੀ ਪੈਂਦੇ ਆ ਉਹ ਵਾਲਾ ਵੀ ਬਣਾ ਸਕਦੇ ਹਾਂ ਆਹ ਵੇਖੋ ਸੋ ਇਹ ਵੀ ਬਹੁਤ ਸੋਹਣਾ ਸੂਟ ਆ ਸੋ ਤੁਸੀਂ ਜਲਦੀ ਮੈਸੇਜ ਕਰੋ ਇਹ ਆਫਰ ਸਿਰਫ ਅੱਜ ਦੇ ਦਿਨ ਲਈ ਹੋਈ ਆ ਕਿਉਂਕਿ ਅੱਜ ਲਾਸਟ ਡੇਟ ਆ ਅਸੀਂ ਪਹਿਲਾਂ ਸੋਚਿਆ ਸੀ ਵੀ ਇੰਨੀ ਤਰੀਕ ਤੱਕ ਰੱਖਾਂਗੇ ਸੋ ਇਸੇ ਲਈ ਆਪਾਂ ਤੁਹਾਨੂੰ ਸੂਟ ਅੱਜ ਦਿਖਾਏ ਨੇ ਅਤੇ ਇਦੂ ਬਾਅਦ ਇਹ ਵਾਲਾ ਆਫਰ ਖਤਮ ਹੋ ਜੂਗਾ ਫਿਰ ਇਕੱਲਾ ਇਕੱਲਾ ਸਿੰਗਲ ਸਿੰਗਲ ਸੂਟ ਹੀ ਮਿਲੂਗਾ ਸੋ ਅੱਜ ਲਾਸਟ ਡੇਟ ਆ ਸੋ ਤੁਸੀਂ ਦੋ ਸੂਟ ਲੈ ਸਕਦੇ ਹੋ ਕੋਈ ਵੀ ਇੱਕ ਸੂਟ ਦੀ ਪੇਮੈਂਟ ਕਰਨੀ ਆ ਅਤੇ ਇੱਕ ਸੂਟ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਇਹਨਾਂ ਦੇ ਵਿੱਚੋਂ ਨਾਲ ਫ੍ਰੀ ਲੈ ਸਕਦੇ ਹੋ ਸੋ ਤੁਹਾਡੇ ਲਈ ਗਿਫਟ ਹੋਊਗਾ ਸਾਡੇ ਵੱਲੋਂ ਸੋ ਹੁਣ ਆਪਾਂ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਅਤੇ ਆਪਾਂ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਾਕੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਹੋਰ ਬਹੁਤ ਘੈਂਟ ਘੈਂਟ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਅਸੀਂ ਅਤੇ ਬਾਕੀ ਇੱਕ ਗੱਲ ਹੋਰ ਜਿਹੜਾ ਸਾਡਾ ਮੇਕ ਉਹ ਵੀਡੀਓ ਸੀਗੀ ਤੇਲ ਮਸਾਜ ਕੀਤਾ ਸੀਗਾ ਅਸੀਂ ਫੇਸ ਦੇ ਉੱਤੇ ਉਹ ਸਾਰਿਆਂ ਨੇ ਬਹੁਤ ਪਸੰਦ ਕੀਤੀ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਦਾਂ ਦੀਆਂ ਵੀਡੀਓ ਫਿਰ ਲੈ ਕੇ ਆਈਏ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਆਪਾਂ ਲੈ ਕੇ ਆਇਆ ਕਰਾਂਗੇ ਇੱਦਾਂ ਦੀਆਂ ਵੀਡੀਓ ਕਈਆਂ ਨੇ ਵਿੱਚ ਕਾਫੀ ਮਤਲਬ ਸਵਾਲ ਕੀਤੇ ਸੀ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਕਹਿੰਦੇ ਸੀਗੇ ਸਾਡੇ ਰਿੰਕਲਸ ਪੈਂਦੇ ਆ ਕਾਲੇ ਘੇਰੇ ਹੁੰਦੇ ਆ ਅਤੇ ਡਾਰਕ ਸਪੋਟਸ ਹੁੰਦੇ ਆ ਉਹਨਾਂ ਲਈ ਵੀਡੀਓ ਬਣਾਓ ਸੋ ਆਪਾਂ ਜਲਦੀ ਉਹ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਕੱਲ੍ਹ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ